ਨਾਦਰਾ, ਮੇਰਾ ਨਾਮ ਜੀ ਮਨਜੀਤ ਸਿੰਘ ਹੈ ਜੀ। ਮੈਂ ਸੰਤਾਲੀ ਗਲੀ ਵਿੱਚ ਰਹਿੰਦਾ ਜੀ। ਕੀ ਬਿਮਾਰੀ ਹੈ ਤੈਨੂੰ ਪੁੱਤ? ਮੈਨੂੰ ਜੀ ਮੇਰੀ ਪੈਨ 'ਚ ਪ੍ਰੋਬਲਮ ਆਈ ਜੀ, ਵੀ ਰੀੜ੍ਹ ਦੀ ਹੱਡੀ 'ਚ, ਵੀ ਉਹ ਡਿਵੈਲਪ ਹੋ ਗਈ, ਵੀ ਐਂ ਮੁੜ ਗਈ, ਵੀ ਉਹ ਡਾਕਟਰ ਕਹਿੰਦੇ ਹੁਣ ਆਪਰੇਸ਼ਨ ਹੋਊਗਾ ਜੀ ਉਹਦਾ, ਵੀ ਖਰਚਾ ਜ਼ਿਆਦਾ ਆਜੂਗਾ, ਵੀ ਬਹੁਤ, ਵੀ ਇਹਦੇ ਵਿੱਚ ਸਕਰੂ ਵੀ ਕਸੇ ਜਾਣਗੇ, ਵੀ ਸਰੀਆ ਹੀ ਪਊਗਾ, ਵੀ ਇਹਦੀ ਸਰਜਰੀ ਬਹੁਤ ਧਿਆਨ ਨਾਲ ਕਰਨੀ ਪਊ। ਕੱਲਾ ਹੀ ਰਹਿੰਦਾ ਤੂੰ? ਹਾਂਜੀ। ਮੰਮੀ ਡੈਡੀ ਤੇਰੇ? ਮੰਮੀ ਡੈਡੀ ਤਾਂ ਹੈ ਨਹੀਂ ਜੀ, ਮੇਰੇ ਨਾਨਕ ਚੈਰੀਟੇਬਲ ਸੰਸਥਾ ਗਈ ਜੀ ਉਹਨਾਂ ਦੀ ਸੰਘੜਾ ਚੌਂਕ 'ਤੇ ਜੀ, ਉਹਨਾਂ ਦੇ ਮੈਂ ਦੁਕਾਨ 'ਤੇ ਗਿਆ ਮੈਡੀਕਲ 'ਤੇ ਜੀ, ਵੀ ਉਹਨਾਂ ਨੂੰ ਕਿਹਾ ਵੀ ਮੇਰਾ ਇਲਾਜ ਕਰਾਇਆ ਜਾਵੇ, ਵੀ ਮੇਰੀ ਵੀਡੀਓ ਬਣਾ ਕੇ ਪਾ ਦਿਓ, ਵੀ ਕੋਈ ਮੇਰੀ ਸਹਾਇਤਾ ਕਰੇ, ਵੀ ਚੱਲ ਮੈਂ ਆਪਦੇ ਪੈਰਾਂ 'ਤੇ ਖੜ੍ਹਾ ਹੋਵਾਂ, ਵੀ ਕੰਮ ਕਰਨ ਲੱਗਾ। ਅੱਛਾ, ਅਤੇ ਆਪਣਾ ਠੀਕ ਹੋਣਾ ਚਾਹੁੰਦਾ ਹੁਣ ਤੂੰ? ਹਾਂਜੀ। ਹੋਰ ਕੀ ਕਹਿਣਾ ਚਾਹੁੰਦਾ ਤੂੰ ਲੋਕਾਂ ਨੂੰ? ਲੋਕਾਂ ਨੂੰ ਇਹੀ ਕਹਿਣਾ ਚਾਹੁੰਦਾ ਵੀ ਕਿ ਮੇਰੀ ਮਦਦ ਕਰੀ ਜਾਵੇ, ਕਿੰਨੀ ਵੀ ਵੱਧ ਤੋਂ ਵੱਧ ਵੀ ਮੇਰੀ ਮਦਦ ਕਰੋ, ਵੀ ਮੈਂ ਆਪਦੇ ਪੈਰਾਂ 'ਤੇ ਖੜ੍ਹਾ ਹੋਵਾਂ ਅਤੇ ਕੰਮ ਕਰਨ ਲੱਗਾਂ, ਅਤੇ ਅੱਗੇ ਮੈਂ ਆਪਦੀ ਜ਼ਿੰਦਗੀ ਵਧੀਆ ਜੀਵਾਂ। ਕੀ ਨਾਮ ਹੈ ਜੀ? ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਕੀ ਨਾਮ ਹੈ? ਗੁਰੂ ਨਾਨਕ ਚੈਰੀਟੇਬਲ ਟਰੱਸਟ ਹੈ ਜੀ ਆਪਣੀ ਸੰਸਥਾ ਦਾ ਨਾਮ। ਮੇਰਾ ਨਾਮ ਜੀ ਕੁਲਦੀਪ ਕੁਮਾਰ ਕਾਕਾ, ਸੰਘੇੜਾ ਚੌਂਕ ਦੇ ਵਿੱਚ ਸਾਡਾ ਦਫ਼ਤਰ ਹੈ ਜੀ। ਕੀ ਕਹਿਣਾ ਚਾਹੁੰਦੇ ਹੋ, ਕਿੰਨੇ ਮਰੀਜ਼ਾਂ ਤੁਸੀਂ ਇਲਾਜ ਕਰਾ ਚੁੱਕੇ ਹੋ? ਅਸੀਂ ਹੁਣ ਤੱਕ ਤਕਰੀਬਨ 100 ਕਰੀਬ ਮਰੀਜ਼ ਦਾ ਇਲਾਜ ਕਰਾ ਚੁੱਕੇ ਹਾਂ। ਥੋੜ੍ਹੇ ਦਿਨ ਹੋ ਗਏ ਸਾਡੇ ਕੋਲ, 3-4 ਦਿਨ ਹੀ ਹੋਏ ਜੀ। ਸਾਡੇ ਕੋਲ ਇੱਕ ਖੜਿਆਲ ਪਿੰਡ ਤੋਂ, ਜ਼ਿਲ੍ਹਾ ਸੰਗਰੂਰ ਦੇ ਵਿੱਚੋਂ, ਇੱਕ ਆਪਣੇ ਖਾਲ ਸਾਈਡ ਵਾਲਿਆਂ ਦਾ ਫੋਨ ਆਇਆ ਸੀ, ਗੁਰਪ੍ਰੀਤ ਜੀ ਦਾ, ਉਹਨਾਂ ਦੇ ਬੇਬੀ ਹੋਣ ਵਾਲਾ ਸੀ। ਆਰਤੀ ਉਹਦੀ ਮਾਂ ਦਾ ਨਾਮ ਹੈ ਜੀ, ਪਿਤਾ ਦਾ ਨਾਮ ਅੰਮ੍ਰਿਤਪਾਲ ਹੈ। ਉਹਨਾਂ ਕੋਲ ਪੈਸੇ ਨਹੀਂ ਸੀ ਹੈਗੇ ਜੀ, ਡਿਲੀਵਰੀ ਹੋਣ ਵਾਲੀ ਸੀ, ਉਹਦੀ ਅਸੀਂ ਡਿਲੀਵਰੀ ਕਰਾਈ ਹੈ ਜੀ। ਤਕਰੀਬਨ ਉਹਨਾਂ ਦਾ 20,000 ਰੁਪਏ ਦਾ ਖਰਚਾ ਸੀ। ਉਹ ਅਸੀਂ ਸੰਸਥਾ ਦੇ ਵਿੱਚ ਸਾਰਿਆਂ ਨੂੰ ਰਿਕੁਐਸਟ ਪਾਈ। ਇੱਕ ਸਾਡੇ ਬੋਬੀ ਜੀ ਨੇ ਜੀ ਸੰਘੇੜਾ ਤੋਂ, ਉਹਨਾਂ ਨੇ ਵੀ 10,500 ਰੁਪਏ ਭੇਜਿਆ ਜੀ। ਤਕਰੀਬਨ ਸਾਡੇ ਕੋਲ 20,000 ਰੁਪਏ ਇਕੱਠਾ ਹੋ ਗਿਆ ਜੀ। ਅਸੀਂ ਡਾਕਟਰ ਸਾਹਿਬ ਨੂੰ ਜੀ 15,000 ਰੁਪਏ ਦਿੱਤਾ, ਉਹਦੇ ਵਿੱਚੋਂ ਜਿਹੜਾ ਸਾਡੇ ਕੋਲ 5,000 ਬਚ ਗਿਆ ਜੀ। ਅਸੀਂ ਇੱਕ ਹੁਣ ਪੇਸ਼ੈਂਟ ਦਾ ਇਲਾਜ ਕਰਾਉਣਾ ਜੀ, ਆਪਣਾ ਮਨਦੀਪ ਹੈ ਜੀ ਮੁੰਡੇ ਦਾ ਨਾਮ, ਉਹ ਆਪਣੇ ਸੰਤਾਂ ਵਾਲੀ ਗਲੀ 'ਚ ਰਹਿੰਦਾ ਜੀ, ਅਤੇ ਉਹਦਾ ਕਾਫੀ ਵੱਡਾ ਆਪਰੇਸ਼ਨ ਹੋਣਾ ਜੀ, ਸਪਾਈਨ ਰੀੜ੍ਹ ਦੀ ਹੱਡੀ ਦਾ ਜੀ। ਉਹਤੇ ਤਕਰੀਬਨ ਡਾਕਟਰ ਸਾਹਿਬ ਨਾਲ ਗੱਲ ਕੀਤੀ, ਅਸੀਂ ਪਟਿਆਲੇ ਤੋਂ ਆਉਂਦੇ ਨੇ ਜੀ, ਉਹਨਾਂ ਨਾਲ ਗੱਲਬਾਤ ਕੀਤੀ। ਉਹ ਤਕਰੀਬਨ ਉਹਤੇ ਕਾਫੀ ਖਰਚਾ ਹੋਣਾ ਜੀ, 2-3 ਲੱਖ ਰੁਪਏ ਤੋਂ ਉੱਪਰ ਹੀ ਆਉਣਾ ਜੀ, ਅਤੇ ਉਹਦਾ ਇਲਾਜ ਅਸੀਂ ਸ਼ੁਰੂ ਕਰਵਾ ਰਹੇ ਹਾਂ ਜੀ ਹੁਣ। ਅਤੇ ਹੋਰ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਅਤੇ ਕੀ ਅਪੀਲ ਕਰਨਾ ਚਾਹੁੰਦੇ? ਬਸ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਜੀ, ਜਿਹੜਾ ਮਨਦੀਪ ਆ ਮੁੰਡਾ, ਬਹੁਤ ਵਿਚਾਰਾ ਗਰੀਬ ਕਰਦਾ ਜੀ, ਸੰਤਾਂ ਵਾਲੀ ਗਲੀ 'ਚ ਰਹਿੰਦਾ, ਜੇ ਕਿਸੇ ਨੇ ਉਹਨੂੰ ਮਿਲਣਾ ਜੀ ਅਸੀਂ ਸਿੱਧਾ ਉਹਨੂੰ ਮਿਲਾ ਵੀ ਦੇਵਾਂਗੇ। ਅਸੀਂ ਉਹਦੀ ਵੀਡੀਓ ਪਾ ਰਹੇ ਹਾਂ ਜੀ, ਅਤੇ ਉਹਦੀ ਬਹੁਤ ਜ਼ਿਆਦਾ ਗਰੀਬ ਆ ਜੀ, ਘਰੋਂ ਇਕੱਲਾ ਹੀ ਰਹਿੰਦਾ ਵਿਚਾਰਾ, ਆਪਦੇ ਚਾਚੇ ਕੋਲ ਮਾਂ ਪਿਓ ਹੈ ਨਹੀਂ ਗਏ ਜੀ, ਵੀ ਉਹਦੀ ਮਦਦ ਕਰ ਰਹੇ ਜੀ ਸਾਰੇ ਬੰਦੇ ਅੱਗੇ ਆ ਕੇ। ਅਸੀਂ ਇਹ ਨਹੀਂ ਕਹਿਣਾ ਚਾਹੁੰਦੇ ਜੀ, ਸਭ ਨੂੰ ਇਹੀ ਬੇਨਤੀ ਕਰਨਾ ਚਾਹੁੰਦੇ ਹਾਂ ਜੀ।